ਮੈਂ ਡਾਕਟਰ ਸ਼ਿਵਾਨੀ ਸ਼ਰਮਾ ਸਹਾਇਕ ਵਿਗਿਆਨੀ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਸਾਰੇ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਸਵਾਗਤ ਕਰਦੀ ਹਾਂ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਕੁਦਰਤੀ ਸਿਰਕਾ ਲੈਕਟੋਫਰਮੈਂਟਡ ਬੇਵਰੇਜ ਲਾਲ ਵਾਈਨ ਖਾਣ ਦੇ ਪਦਾਰਤ ਅਤੇ ਪਾਣੀ ਪਰਖਣ ਵਾਲੀ ਕਿੱਟ ਦੀ ਟੈਕਨੋਲੋਜੀ ਦੀ ਵਿਧੀ ਵਿਕਸਿਤ ਕੀਤੀ ਗਈ ਹੈ ਕੁਦਰਤੀ ਸਿਰਕਾ ਜਿਵੇਂ ਗੰਨਾ ਗੰਨੇ ਸੇਬ ਅੰਗੂਰਾ ਜਾਮਣ ਅਤੇ ਸੇਬ ਤੋਂ ਕੁਦਰਤੀ ਸਿਰਕਾ ਤਿਆਰ ਕਰਨ ਦੀ ਵਿਧੀ ਵਿਕਸਿਤ ਕੀਤੀ ਗਈ ਹੈ ਹਲਦੀ ਅਤੇ ਆਮਲੇ ਤੋਂ ਪੀਏਯੂ ਲੈਕਟੋਫਰਮੈਂਟਡ ਬੇਵਰੇਜ ਅਤੇ ਅਚਾਰ ਤਿਆਰ ਕਰਨ ਦੀ ਵਿਧੀ ਵਿਕਸਿਤ ਕੀਤੀ ਗਈ ਹੈ ਫਲਾਂ ਤੋਂ ਕਟ ਅਲਕੋਹੋਲਿਕ ਵਾਲੀ ਕਾਰਬੋਨੇਟਡ ਬੇਵਰੇਜ ਦੀ ਵਿਧੀ ਤਿਆਰ ਕੀਤੀ ਗਈ ਹੈ ਫਲਾਂ ਅਤੇ ਸਬਜ਼ੀਆਂ ਤੋਂ ਲੈਕਟਿਕ ਤਜਾਬ ਦੀ ਬੇਵਰੇਜ ਵੀ ਤਿਆਰ ਕਰਨ ਦੀ ਵਿਧੀ ਦੀ ਵਿਕਸਿਤ ਕੀਤੀ ਗਈ ਹੈ ਅੰਗੂਰਾਂ ਤੋਂ ਲਾਲ ਵਾਈਨ ਅਤੇ ਪੀਣ ਯੋਗ ਪਾਣੀ ਪਰਖਣ ਦੀ ਕਿੱਟ ਅਤੇ ਖਾਣ ਦੇ ਪਦਾਰਥ ਦੀ ਬੈਕਟੀਰੀਓਲੋਜੀਕਲ ਕਿੱਟ ਵੀ ਵਿਕਸਿਤ ਕੀਤੀ ਗਈ ਹੈ। ਮਾਈਕਰੋਬਾਇਓਲਜੀ ਵਿਭਾਗ ਵੱਲੋਂ 18 ਫਸਲਾਂ ਲਈ ਜੀਵਾਣੂ ਖਾਦਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਹਨਾਂ ਵਿੱਚੋਂ 8 ਫਸਲਾਂ ਹਾੜੀ ਦੀਆਂ ਫਸਲਾਂ ਨੇ ਜਿਵੇਂ ਕਿ ਕਣਕ, ਗੰਨਾ, ਪਿਆਜ਼, ਆਲੂ, ਮਸਰ, ਛੋਲੇ, ਮਟਰ ਅਤੇ ਬਰਸੀਮ। ਗੰਨਾ, ਪਿਆਜ਼, ਆਲੂ ਲਈ 4 ਕਿਲੋ ਦੀ ਪੈਕਿੰਗ ਵਰਤੀ ਜਾਂਦੀ ਹੈ ਕਣਕ ਲਈ 500 ਗ੍ਰam ਦਾ ਪੈਕਟ ਜਿਹਦੀ ਕੀਮਤ 40 ਰੁਪਏ ਹੈ ਮਸਰ ਛੋਲੇ ਲਈ 500 ਗ੍ਰam ਦਾ ਪੈਕਟ ਜਿਹਦੀ ਕੀਮਤ 40 ਰੁਪਏ ਪ੍ਰਤੀ ਏਕੜ ਹੈ ਮਟਰ ਅਤੇ ਬਰਸੀਮ ਲਈ 250 ਗ੍ਰam ਦੀ ਪੈਕਿੰਗ ਜਿਹਦੀ ਕੀਮਤ 30 ਰੁਪਏ ਪ੍ਰਤੀ ਏਕੜ ਹੈ ਇਹਨਾਂ ਜੀਵਨੂ ਖਾਦਾ ਨਾਲ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਵੱਖ-ਵੱਖ ਕਿਸਮ ਦੇ ਤੱਤ ਜਿਹੜੇ ਪੌਦਿਆਂ ਨੂੰ ਮਿਲਦੇ ਹਨ ਇਸ ਤੋਂ ਇਲਾਵਾ ਵਿਭਾਗ ਵੱਲੋਂ ਪੰਜ ਤਰ੍ਹਾਂ ਦੀ ਖੁੰਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਇਹ ਖੁੰਮਾਂ ਜਿਵੇਂ ਕਿ ਬਟਨ ਖੁੰਮ ਢੀਂਗਰੀ ਖੁੰਮ ਸ਼ਟਾਕੀ ਖੁੰਮ ਮਿਲਕੀ ਖੁੰਮ ਅਤੇ ਪਰਾਲੀ ਖੁੰਮਾਂ ਹਨ ਇਹ ਖੁੰਮਾਂ ਇਹਨਾਂ ਵਿੱਚੋਂ ਤਿੰਨ ਖੁੰਮਾਂ ਸਰਦ ਰੁੱਤ ਵਿੱਚ ਲੱਗਦੀਆਂ ਹਨ ਅਤੇ ਦੋ ਖੁੰਮਾਂ ਜਿਹੜੀਆਂ ਸੀ ਗਰਮ ਰੁੱਤ ਵਿੱਚ ਲਗਾਉਂਦੇ ਹਨ ਸਮੇਂ-ਸਮੇਂ ਤੇ ਵਿਭਾਗ ਵੱਲੋਂ ਵੱਖ-ਵੱਖ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ ਇਹ ਟ੍ਰੇਨਿੰਗਾਂ ਦੇ ਲਈ ਤੁਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਨੂੰ ਸੰਪਰਕ ਕਰ ਸਕਦੇ ਹੋ ਜਾਂ ਫਿਰ ਮੁਖੀ ਮਾਈਕਰੋਬਾਇਲੋਜੀ ਵਿਭਾਗ ਨੂੰ ਲਿਖ ਸਕਦੇ ਹੋ ਇਸ ਤੋਂ ਇਲਾਵਾ ਮਾਈਕਰੋਬਾਇਲੋਜੀ ਵਿਭਾਗ ਵੱਲੋਂ ਜੀਵਾਣੂ ਖਾਦਾਂ ਵੀ ਉਪਲਬਧ ਕਰਾਈਆਂ ਜਾਂਦੀਆਂ ਹਨ ਇਹਨਾਂ ਜੀਵਾਣੂ ਖਾਦਾਂ ਲਈ ਤੁਸੀਂ ਪੀਏਯੂ ਦੇ ਗੇਟ ਨੰਬਰ 1 ਜਾਂ ਫਿਰ ਵਿਭਾਗ ਜਾਂ ਉਸ ਤੋਂ ਇਲਾਵਾ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹੋ ਖੁੰਬਾ ਲਈ ਖੁੰਬਾ ਦਾ ਬੀਜ ਜਿਹਦੀ ਕੀਮਤ 80 ਰੁਪਏ ਪ੍ਰਤੀ ਕਿਲੋ ਹੈ ਇਸ ਤੋਂ ਇਲਾਵਾ ਕੰਪੋਸਟ ਦੇ ਬੈਗ ਜਿਹਦੀ ਕੀਮਤ 50 ਰੁਪਏ ਪ੍ਰਤੀ ਬੈਗ ਹੈ ਅਤੇ ਤਾਜ਼ਾ ਖੁੰਬਾ ਵੀ ਵਿਭਾਗ ਵੱਲੋਂ ਉਪਲਬਧ ਕਰਾਈਆਂ ਜਾਂਦੀਆਂ ਹਨ ਖੁੰਬਾ ਦੀ ਟ੍ਰੇਨਿੰਗ ਸਾਲ ਦੇ ਵਿੱਚ ਦੋ ਵਾਰ ਲੱਗਦੀ ਹੈ ਗਰਮ ਰੁੱਤ ਦੀ ਖੁੰਬਾ ਲਈ ਟ੍ਰੇਨਿੰਗ ਅਪ੍ਰੈਲ ਤੇ ਮਈ ਚ ਲੱਗਦੀ ਹੈ ਇਸ ਤੋਂ ਇਲਾਵਾ ਸਰਦ ਉਤ ਦੀ ਖੁੰਬਾ ਦੀ ਟ੍ਰੇਨਿੰਗ ਦਾ ਸਮਾਂ ਸਤੰਬਰ ਅਤੇ ਅਕਤੂਬਰ ਦੇ ਵਿੱਚ ਹੈ